ਨਾਲ ਦੇ ਮੁੰਡੇ ਚਾਰ ਦੇ ਸੀਗੇ ਬੱਕਰੀਆਂ ਅੱਛਾ ਉਹ ਮੈਂ ਚਾਹ ਹਰ ਜੀ ਪੀਤੀ ਚੰਦਰੀ ਚਾਹ ਨੇ ਹਾਂ ਕੰਮ ਕਰਾਤਾ ਜੀ ਚਾਹ ਨੇ ਕੰਮ ਕਰਾਤਾ ਲੈ ਵੀ ਚਾਹ ਨੇ ਕੰਮ ਕਰਾਤਾ ਬਾਈ ਕਹਿੰਦਾ ਹੈ चार बच्चे आए ने है मड़ी जी चार दिन भाई जमीन का खेड़ा सड़ता उस बनता नहीं जमीन चुनना किनिया बकरियां करनिया ने तेने भी पच्ची खराब चार कर ਵਧੀਆ ਕੰਮ ਹੈ ਜਿਹੜਾ ਬੰਦਾ ਮਿਹਨਤ ਕਰੂ ਬਈ ਭੁੱਖਾ ਨਹੀਂ ਮਰਦਾ ਭੁੱਖਾ ਨਹੀਂ ਮਰਦਾ ਮਿਹਨਤ ਜ਼ਰੂਰੀ ਆ ਬਈ ਠੀਕ ਆ ਹੁਣ ਜਿਵੇਂ ਉਹ ਲੱਖ ਲੱਖ ਵਾਲੀਆਂ ਬੱਕਰੀਆਂ ਚੱਲ ਰਹੀਆਂ ਨੇ ਉਹਦੇ ਵਿੱਚ ਕੀ ਉਹਦਾ ਬਈ ਯਾਰ ਹੈ ਅੱਡੋ ਅੱਡ ਦਾਮ ਹੁੰਦੇ ਨੇ ਬਈ ਯਾਰ ਠੀਕ ਆ ਫਾਇਦਾ ਹੈ ਕਿ ਨਹੀਂ ਹੈ ਲੱਖ ਨਹੀਂ ਲੱਖਾਂ ਦਾ ਕੋਈ ਫਾਇਦਾ ਨਹੀਂ ਬਈ ਕੋਈ ਫਾਇਦਾ ਨਹੀਂ ਉਹਨੂੰ ਸ਼ੌਂਕ ਆ ਬਈ ਸ਼ੌਂਕ ਕੋਈ ਫਾਇਦਾ ਨਹੀਂ ਬਈ ਲੱਖ ਦੋ ਗੱਲਾਂ 'ਚ ਸੋਚ ਰੱਖਣੀ ਪੈਂਦੀ ਦਾਰੂ ਪੀ ਕੇ ਨਾ ਬੰਦਾ ਬੜੇ ਬਈ ਦਾਰੂ ਪੀ ਕੇ ਨਾ ਬੜੇ ਫਿਰ ਵੀ ਵਫਾ ਨਹੀਂ ਕਰਦੀ ਬਈ ਫਿਰ ਨਹੀਂ ਵਫਾ ਕਰਦੀ ਹੋਰ ਦੂਜਾ ਕਹੂ ਆਈ ਆਪਾਂ ਕਹਿ ਦਾਂਗੇ ਆਪਦਾ ਕਮਾ ਕੇ ਖਾਣਾ ਹੈ ਕਿਹੜਾ ਕਿਸੇ ਤੋਂ ਮੰਗ ਕੇ ਖਾਣਾ ਹੈ ਜਾਂ ਆਪਦੀ ਉਹ ਹੈਗਾ ਇਹ ਰੁਜ਼ਗਾਰ ਹੈ ਜੀ ਸਾਰੀ ਉਮਰ ਦੀ ਰੋਟੀ ਆ ਸਾਰੀ ਉਮਰ ਦੀ ਰੋਟੀ ਹਾਂ ਜੀ ਸਹੀ ਗੱਲ ਆ ਬਈ ਦੇਖ ਲਾ ਬਾਈ ਜੀ ਸਾਰੇ ਵੀਰਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਠੀਕ ਠਾਕ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਅੱਜ ਆਪਾਂ ਤੁਹਾਡੇ ਰੂਬਰੂ ਇੱਕ ਹੋਰ ਆ ਜਿਹੜੀ ਵੀਰ ਨੂੰ ਕਰਨ ਜਾ ਰਹੇ ਹਾਂ ਕਿ ਗੱਲਬਾਤ ਕਰ ਦਾਂਗੇ ਵੀ ਬਾਈ ਨੂੰ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਕਿੰਨੇ ਕਿੰਨਾ ਕਦੇ ਉੱਪਰ ਕੰਮ ਕਰਦੇ ਕਿੰਨਾ ਕੁ ਫਾਇਦਾ ਹੋਣਾ ਇਸ ਕੰਮ ਦੇ ਵਿੱਚ ਸਾਰੀ ਗੱਲਬਾਤ ਕਰਾਂਗੇ ਵੀਰ ਦੇ ਨਾਲ ਤਾਂ ਬਸ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਾਈ ਬਾਈ ਆਪਾਂ ਨੂੰ ਮਿਲ ਗਿਆ ਇੱਥੇ ਪੰਧੇਰ ਦੇ ਅੱਡੇ 'ਤੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਨੇ ਜੀ ਠੀਕ ਠਾਕ ਵਧੀਆ ਬਾਈ ਵਧੀਆ ਬਾਈ ਜੀ ਕੀ ਨਾਮ ਆ ਜੈਬਾ ਸਿੰਘ ਆ ਬਾਈ ਜੈਬਾ ਸਿੰਘ ਹਾਂ ਬਾਈ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਨੂੰ ਇਹ ਕੰਮ ਕਰਦੇ ਨੂੰ ਬਾਈ 2008 ਚ ਚੱਲਦਾ ਆਪਣਾ ਸ਼ੌਂਕ ਬਾਈ 2008 ਤੋਂ ਹਾਂ 8 ਤੋਂ ਲੈ ਕੇ ਜਾਨੀ ਕੀ ਹੋ ਗਿਆ ਆਪਾਂ ਨੂੰ ਲਗਭਗ 14-15 ਸਾਲ ਹੋ ਗਏ ਹਾਂ ਬਾਈ ਦਰ ਤੇ ਬਲਾ ਇਸ ਬੰਦੇ ਲਵੇ ਕਿਵੇਂ ਧਾਰੇ ਤੇ ਕਿਵੇਂ ਅੱਧੋ ਅੱਧ ਧਾਰੇ ਤੇ ਐਂ ਵੀ ਹੁੰਦਾ ਕੰਮ ਦੇ ਵਿੱਚ ਉਹ ਚ ਕਿਵੇਂ ਹੁੰਦਾ ਹਿਸਾਬ ਕਿਤਾਬ ਕੀ ਹੁੰਦਾ ਬਾਈ ਇਹ ਦੋ ਦੇ ਤੇ ਇੱਕੋ ਦੇ ਕੱਪਣਾ ਠੀਕ ਬੱਚੇ ਦੁੱਧ ਹੁੰਦੇ ਨੇ ਬੱਚੇ ਹਾਂ ਮਾਲ ਆਪਣਾ ਬਾਈ ਮਾਲ ਆਪਣਾ ਹਾਂ ਬਾਈ ਹੁਣ ਆਪ ਚੱਕੀ ਆ ਛੋਟੀ ਬਾਈ ਹੁਣ ਆਪ ਚੱਕ ਲਈ ਆਪ ਚੱਕ ਲਈ ਆਪ ਕਿੰਨਾ ਟਾਈਮ ਹੋ ਗਿਆ ਚੱਕੀ ਨੂੰ ਹੋ ਗਿਆ ਬਾਈ 12-13 ਮਹੀਨੇ 12-13 ਮਹੀਨੇ ਠੀਕ ਆ ਸਾਲ ਹੋ ਗਿਆ ਹੁਣ ਆਪ ਦੇ ਹੋ ਗਿਆ ਬਾਈ ਹਾਂ ਬਾਈ ਠੀਕ ਹੈ ਜੀ ਪਹਿਲਾਂ ਕਾਤੋਂ ਧਾਰੇ ਤੇ ਕਰਖੇ ਦੀ ਬਾਈ ਕੀ ਕਰਦੇ ਬਾਈ ਯਾਰ ਬੁੜੇ ਬਣ ਜੀ ਮੇਰਾ ਮੁੰਡਾ ਬਾਈ ਮੈਂ ਅੱਛਾ ਹਾਂ ਬਾਈ ਸ਼ੌਂਕ ਆ ਪੂਰੀ ਚੀਜ਼ ਆ ਬਾਈ ਸ਼ੌਂਕ ਆ ਪੂਰਾ ਬਾਈ ਦਲੋ ਦਲੋ ਠੀਕ ਵਧੀਆ ਕੰਮ ਆਗਾ ਪੂਰਾ ਵਧੀਆ ਬਾਈ ਯਾਰ ਵਧੀਆ ਕੰਮ ਹੈ ਜਿਹੜਾ ਬੰਦਾ ਮਿਹਨਤ ਕਰੂ ਬਾਈ ਭੁੱਖਾ ਨਹੀਂ ਮਰਦਾ ਭੁੱਖਾ ਨਹੀਂ ਮਰਦਾ ਭੁੱਖਾ ਨਹੀਂ ਮਰਦਾ ਮਿਹਨਤ ਜ਼ਰੂਰੀ ਆ ਬਾਈ ਠੀਕ ਆ ਇਹ ਮਾਲ ਕੱਲਿਆਂ ਦਾ ਕਿ ਹੋਰ ਦਾ ਵੀ ਨਾਲ ਸਾਂਝਾ ਹੀ ਆ ਸਾਡਾ ਬਾਈ ਸਾਂਝਾ ਉਹ ਬਾਈ ਨਾਲ ਆ ਬਾਈ ਨਾਲ ਬਾਈ ਠੀਕ ਆ ਦੋ ਜਣਾਂ ਦਾ ਮਾਲ ਹੋ ਗਿਆ ਤੈਨੂੰ ਜਵਾ ਕੇ ਦਾ ਵੀ ਸਾਰੇ ਸਾਂਝੇ ਇਕੱਠੀਆਂ ਬਾਈ ਸੀ ਸਾਂਝੇ ਹੋ ਸਾਂਝੇ ਠੀਕ ਆ ਉਹ ਮੁੰਡਾ ਕਿਹਦਾ ਹੈਗਾ ਉਹ ਮੁੰਡਾ ਵੀ ਅੱਛਾ ਦੋ ਤਾਂ ਸਾਡੇ ਰਹਿੰਦਾ ਵਿਚਾਰਾ ਦੋ ਤਾਂ ਉਰੇ ਰਹਿੰਦਾ ਹੈ ਠੀਕ ਹੈ ਨਾਲ ਹੀ ਹੁੰਦਾ ਨਾਲ ਹੀ ਹੁੰਦਾ ਬਾਈ ਇਹ ਵੀ ਦੇਖ ਸਕਦੇ ਹੋਗੇ ਨਾ ਕਿੰਨੇ ਹੋ ਗਏ ਇਹ ਨਾਲ ਤਾਂ ਹੋਣੇ ਬਾਈ 50 ਦੇ ਲਵੇ 50 ਦੇ ਲਵੇ ਲੈ ਵੀ 50 ਦੇ ਲਵੇ ਨਾਗਨੇ ਬਾਈ ਦੇਖ ਸਕਦੇ ਹੋਗੇ ਫਾਇਦਾ ਕਿੰਨਾ ਕ ਬਈ ਇਹਦੇ ਵਿੱਚ ਫਾਇਦਾ ਬਹੁਤ ਆ ਬਾਈ ਯਾਰ ਕਿਵੇਂ ਤੋਂ ਫਾਇਦਾ ਲਈਏ ਆਪਾਂ ਫਾਇਦਾ ਆ ਬਾਈ ਯਾਰ ਸਾਲ ਭਰ ਦਾ ਬੰਦਾ ਮਾਲ ਜੇ ਬੰਦੇ ਨੇ ਮਾਲ ਲਾਉਣਾ ਬਾਈ ਉਦੋਂ ਬਾਅਦ ਰੁਪਏ ਨੇ ਬਾਈ ਮੇਰੇ ਠੀਕ ਆ ਇੱਕ ਸਾਲ ਜਾਨੀ ਕਿ ਪੂਰਾ ਲੱਗ ਜਾਂਦਾ ਹਾਂ ਬਾਈ ਦੋ ਗੱਲਾਂ 'ਚ ਸੋਚ ਰੱਖਣੀ ਪੈਂਦੀ ਦਾਰੂ ਪੀ ਕੇ ਨਾ ਬੰਦਾ ਬੜੇ ਬਾਈ ਦਾਰੂ ਪੀ ਕੇ ਨਾ ਬੜੇ ਬੜੇ ਫਿਰ ਵੀ ਵਫਾ ਨਹੀਂ ਕਰਦੀ ਬਾਈ ਚੀਜ਼ ਫਿਰ ਨਹੀਂ ਵਫਾ ਕਰਦੀ ਹੋਰ ਦੂਜਾ ਬਾਈ ਆਪ ਸੁੰਭਰੋ ਆਪ ਕੰਮ ਕਰੋ ਹਾਂ ਲੋਕ ਤਾਂ ਬਹੁਤ ਕੁਝ ਮੈਨੂੰ ਜੀ ਬਹੁਤ ਕੁਝ ਕਹਿੰਦੇ ਨੇ ਲੋਕ ਬਾਈ ਕਿਵੇਂ ਵੀ ਮਾਜ ਵੀ ਰੱਖਦੇ ਨੇ ਐ ਰੱਖਦੇ ਨੇ ਕਹੀ ਇੱਧਰ ਹੀ ਪਾਰੀ ਇੱਧਰ ਹੀ ਕੱਢਤੀ ਬਾਈ ਠੀਕ ਆ ਆਹ ਸ਼ੌਂਕ ਆ ਬਾਈ ਬੰਦੇ ਨੂੰ ਸ਼ੌਂਕ ਨਾਲ ਹੀ ਚੜਦੇ ਨੇ ਬਾਈ ਉਹ ਨਹੀਂ ਚੜਦੇ ਸ਼ੌਂਕ ਨਾਲ ਹੀ ਚੜਦੇ ਹਾਂ ਮੈਂ ਫਿਰ ਬੈਠ ਸਕਦਾ ਬਾਈ ਠੀਕ ਹੈ ਮਹਿਫਲ 'ਚ ਨਹੀਂ ਬੈਠ ਸਕਦਾ ਬਾਈ ਖੁੱਡ ਤੇ ਬਹਿਜਾਂ ਗੱਪ ਮਾਰੀਆਂ ਬੈਠ ਨਹੀਂ ਸਕਦਾ ਬਾਈ ਠੀਕ ਆ ਇਹਦੇ ਵਿੱਚ ਹੀ ਰਹਿਣਾ ਪੈਂਦਾ ਇਹਦੇ ਵਿੱਚ ਹੀ ਆ ਬਾਈ ਸਾਰਾ ਦਿਨ ਬਾਈ ਠੀਕ ਹੈ ਸਵੇਰੇ ਕਿੰਨੇ ਵਜੇ ਕੱਢਦੇ ਹੋਗੇ ਸਵੇਰੇ ਮੈਂ ਕੱਢਦਾ ਬਾਈ 9 ਵਜੇ ਬਾਈ 9 ਵਜੇ 9 ਐਂਡ ਆ ਬਾਈ ਆਪਣਾ ਤਾਂ ਠੀਕ ਹੈ ਸਵੇਰੇ ਹਾਂ ਸਵੇਰੇ ਬਾਈ ਤੇ ਰਾਤ ਨੂੰ ਕਿੰਨੇ ਵਜੇ ਜਾਂਦੇ ਰਾਤ ਨੂੰ ਸੀ ਬਾਈ ਹੁਣ 6 ਵਜੇ ਵਗ ਜਾਂਦੇ ਘਰੇ 6 ਵਜੇ ਵਗ ਜਾਂਦੇ 9 ਤੋਂ ਲੈ ਕੇ 6 ਵਜੇ ਤੱਕ ਜਾਨੀ ਕਿ ਤੁਸੀਂ ਉਹ ਕਰਦੇ ਹੋ ਨਾ ਹਾਂ ਬਾਈ ਆ ਬੱਕਰੀ ਦੇਖ ਸਕਦੇ ਹੋ ਬਾਈ ਚੰਗੀਆਂ ਬੱਕਰੀਆਂ ਰੱਖੀਆਂ ਹੋਈਆਂ ਨੇ ਬਾਈ ਨੇ ਮੁਨਾਫਾ ਜੇ ਆਪਾਂ ਇਹਦੇ ਵਿੱਚੋਂ ਲੈਣਾ ਹੋਵੇ ਹਨਾ ਹਾਂ ਬਾਈ ਜਿਵੇਂ ਕੋਈ ਨਵਾਂ ਬੰਦਾ ਕਿਵੇਂ ਕੰਮ ਸਟਾਰਟ ਕਰੇ ਇਹਦੇ ਕੰਮ ਤਾਂ ਬਾਈ ਯਾਰ ਜੇ ਬੱਕਰੀ ਲੈਣੀ ਹੈ 15 ਸਟਾਰਟ ਕਰਦੇ 15 ਤੋਂ 20 ਤੱਕ 15 ਵਾਂਗਾ ਹਾਂ 15 ਤੋਂ ਲੈ ਕੇ 20 ਤੱਕ ਠੀਕ ਆ 15000 ਤੋਂ ਲੈ ਕੇ 15000 ਤੋਂ 20 ਤੱਕ ਲਹਾਦਾ ਬੰਦਾ ਠੀਕ ਆ ਉਦੋਂ ਬਾਅਦ ਬਾਈ ਇੱਕ ਬੱਕਰੀ ਮਗਰ ਦੋ ਨੇ ਪੂਰੀ ਆ ਬੱਕਰੀ ਬਾਈ ਇਹਨੇ ਮਿਹਨਤ ਕਰਨੀ ਹੈ ਠੀਕ ਆ ਪੂਰੀ ਬੱਕਰੀ ਹੁਣ ਜਿਵੇਂ ਉਹ ਲੱਖ ਲੱਖ ਵਾਲੀਆਂ ਬੱਕਰੀਆਂ ਚੱਲ ਰਹੀਆਂ ਨੇ ਉਹਦੇ ਵਿੱਚ ਉਹਦਾ ਬਾਈ ਯਾਰ ਹੈ ਅੱਡੋ ਅੱਡ ਦਾਮ ਹੁੰਦੇ ਨੇ ਬਾਈ ਯਾਰ ਠੀਕ ਆ ਫਾਇਦਾ ਹੈ ਕਿ ਨਹੀਂ ਹੈ ਲੱਖ ਨਹੀਂ ਲੱਖਾਂ ਦਾ ਕੋਈ ਫਾਇਦਾ ਨਹੀਂ ਬਾਈ ਕੋਈ ਫਾਇਦਾ ਨਹੀਂ ਉਹਨੂੰ ਸ਼ੌਂਕ ਆ ਬਾਈ ਸ਼ੌਂਕ ਕੋਈ ਫਾਇਦਾ ਨਹੀਂ ਬਾਈ ਲੱਖ ਦਾ 4-5 ਲੱਖ ਆਉਣਗੇ ਬਾਈ 4-5 ਲੱਖ ਮਗਰ ਛੋਟ ਬੱਚੇ ਆਉਣਗੇ ਸਹੀ ਗੱਲ ਹੈ ਨਾ ਸਹੀ ਗੱਲ ਹੈ ਪੰਜ ਬੱਕਰੀ ਆ ਜਾਣੇ ਲੱਖ ਪੰਜ ਆ ਜਾਣੇ ਬਾਈ ਮਾਂ ਨਾਲ ਹਾਂ ਸਹੀ ਗੱਲ ਹੈ ਬਾਈ ਦੇ 2 ਲੱਖ ਤਾਂ ਆਪਾਂ ਚੰਗਾ ਕੰਮ ਸਟਾਰਟ ਕਰ ਸਕਦੇ ਹਾਂ ਬਾਈ 2 ਤੋਂ ਹਾਂ 10 ਬੱਕਰੀਆਂ ਆਉਣਗੀਆਂ ਆਰਾਮ ਨਾਲ ਕਿਤੇ 2 ਹੀ ਆਉਣਗੀਆਂ 2 ਆਉਣਗੀਆਂ ਬਾਈ ਹੁਣ ਠੇਕੇ ਲੈਣੇ ਬਾਈ 80000 ਕੱਢਾਂਗੇ ਆਪਾਂ
ਸਹੀ ਗੱਲ ਆ ਹੁਣ ਤਾਈਓ ਚੱਕਿਆ ਛੁੱਟੀ ਬਾਈ ਠੀਕ ਆ ਜ਼ਮੀਨ ਜ਼ਮੂਨ ਹੈਗੀ ਆਪਣੀ ਹੈ ਬਾਈ ਜ਼ਮੀਨ ਕਿੰਨੀ ਜ਼ਮੀਨ ਆ 7-8 ਕਿੱਲੇ ਬਣ ਗਏ ਦੋ ਭਾਈ 7-8 ਕਿੱਲੇ ਹਾਂ ਦੋ ਭਾਈਆਂ ਬਾਈ ਦੋ ਭਾਈਆਂ ਇੱਕ ਮੁੰਡਾ ਬਾਹਰ ਆ ਕੈਨੇਡਾ 'ਚ ਬਾਈ ਅੱਛਾ ਭਾਈ ਦਾ ਮੁੰਡਾ ਬਾਹਰੇ ਤੁਰਿਆ ਹੋਇਆ ਠੀਕ ਆ ਆਪਣਾ ਵਿਆਹ ਹੋਇਆ ਹੋਇਆ ਹਾਂ ਬਾਈ ਵਿਆਹ ਹੋਇਆ ਵਿਆਹ ਹੋਇਆ ਜਵਾਕ ਹੈਗੇ ਨੇ ਜਵਾਕ ਹੈਗੇ ਨੇ ਬਾਈ ਠੇਕੇ ਤੱਕ ਦਾਂਗੇ ਦੋ ਬੱਕਰੀਆਂ ਬੱਕਰੀਆਂ ਦੇ ਵਿੱਚ ਮਿਹਨਤ ਦੱਸੀ ਨਾ ਤੂੰ ਮੇਮਣੇ ਬੱਚੇ ਫਿਰਦੇ ਨੇ ਮਗਰ ਬੱਕਰੀ ਹੈ ਦੋ ਬੱਚੇ ਨੇ ਇਹਦੇ ਮਿਹਨਤੀ ਆ ਬਾਈ ਆਪਦੀ ਬੱਕਰੀ ਕਦੋਂ ਵੇਚਦੇ ਹੁੰਦੇ ਫਿਰ ਬੱਕਰੀ ਆਪਾਂ ਤਾਂ ਮਾਲ ਬਣਾ ਰਿਹਾ ਆਪਾਂ ਦਾ ਬਾਈ ਆਪਦਾ ਬਣਾ ਰਹੇ ਬਣਾ ਰਹੇ ਹਾਂ ਬਾਈ 15 ਤਾਂ ਵਿੱਚ ਛੋਟੇ ਛੋਟੇ ਭੇਡਾਂ ਨੇ ਪਹਿਲੇ 5-6 ਬੱਕਰੀਆਂ ਨੇ ਬਾਈ ਠੀਕ ਆ ਬੱਕਰੀਆਂ ਦਿਖਾ ਚੱਲ ਵਧੀਆ ਵਧੀਆ ਨਾ ਨਾਲ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਬਾਈ ਤੇ ਨਾਲ ਨਾਲ ਬੱਕਰੀਆਂ ਦਿਖਾਵਾਂਗੇ ਬਾਈ ਕਹਿੰਦਾ ਬਾਈ ਦਰਮਿਆਨੀ ਜੀ ਬੱਕਰੀ ਰੱਖੋ ਹਨਾ ਜ਼ਿਆਦਾ ਆਪਾਂ ਕਹੀਏ ਵੀ 40-40 ਇੰਚ ਦੇ ਮਗਰ ਨਾ ਪਈ ਹੈ ਨਾ ਬਾਈ ਹਾਂ ਬਾਈ ਬੱਕਰੀ ਚੰਗੀ ਆ ਨਾ ਸੂਆ ਦੀ ਗੱਲ ਕਰੀਏ ਨਾ ਹਾਂ ਬਾਈ ਕਿੰਨੇ ਲੈਣੋ ਸਾਲ ਦੇ ਵਿੱਚ ਸਾਲ ਚ ਜਿਹੜਾ ਸਹੀ ਪਾਲੀ ਇੱਕ ਸੂਆ ਚਾਹੀਦਾ ਇੱਕ ਸੂਆ ਪੱਕਾ ਪੱਕਾ ਕਿਹੜਾ ਟਾਈਮ ਚੰਗਾ ਲੱਗਦਾ ਟਾਈਮ ਤਾਂ ਹੁੰਦਾ ਬਾਈ ਯਾਰ ਦੋ ਸੂਏ ਲੈ ਬੱਕਰੀ ਟੁੱਟੂਗੀ ਹਾਂ ਦੋ ਸੂਏ ਲੈ ਇੱਕ ਲਵੇਗਾ ਟੁੱਟਦੀ ਨਹੀਂ ਬੱਕਰੀ ਟੁੱਟਦੀ ਨਹੀਂ ਟੁੱਟਦੀ ਨਾ ਸਹੀ ਗੱਲ ਹੈ ਨਾ ਦੁੱਧ ਤਾਂ ਪਾਇਆ ਜਾਂਦਾ ਨਾਲੇ ਹਾਂ ਦੁੱਧ ਪਾਇਆ ਜਾਂਦਾ ਬਾਈ ਕਬੀਲਾ ਹੀ ਤੁਰਦੀ ਆ ਵਧੀਆ ਨਹੀਂ ਬਾਈ ਬੱਕਰੀ ਹੋਰ ਹੋਰ ਕੱਢ ਲੈ ਨਾ ਨਾ ਫੜੀ ਚੱਲੋ ਮਗਰ ਦੇ ਮਗਰ ਝੋਲੇ ਰੱਖ ਦੋ ਹਜੇ ਆ ਗਿਆ ਬਾਈ ਬਾਈ ਚੱਲੇ ਸੀਗੇ ਆਪਾਂ ਫੜ ਲਏ ਹਾਂ ਬਾਈ ਲੈ ਵਿਆਹ ਦੇਖ ਸਕਦੇ ਦੂਜਾ ਸੂਆ ਸੂ ਬਾਈ ਇਹ ਦੂਜਾ ਸੂਆ ਸੂਗੀ ਦੇਖੀ ਤੂੰ ਗੱਲਾਂ ਕਰਾ ਦੇਣੀ ਆਪਾਂ ਗੱਲਾਂ ਕਰਾ ਦੇਣੀ ਬਸ ਹਾਂ ਬਾਈ ਕਹਿੰਦਾ ਗੱਲਾਂ ਕਰਾ ਦੇਣੀ ਬਾਈ ਬੱਕਰੀ ਦੇਖ ਸਕਦੇ ਹੁਣ ਦੁੱਧ ਕਿੰਨਾ ਆਪਣੀ ਬੱਕਰੀ ਥੱਲੇ ਦੁੱਧ ਬਾਈ ਕੋਈ ਲੋਕ ਕੱਪ ਮਾਰੀ ਜਾਣ ਅਸੀਂ ਦੂਰ ਤੋਂ ਲਿਟ ਕੱਢਦੇ ਹਾਂ ਬੱਕਰੀ ਥੱਲੇ ਠੀਕ ਆ ਇੱਕ ਟਾਈਮ ਦਾ ਕਿ ਦੋਨੇ ਟਾਈਮਾਂ ਦਾ ਦੋ ਟਾਈਮ ਦਾ ਬਾਈ ਦੋ ਟਾਈਮਾਂ ਦਾ 2 ਲੀਟਰ ਜਿਹੜੇ ਵੀਰ ਕਹਿੰਦੇ ਨੇ ਵੀ 7 ਲੀਟਰ 6 ਲੀਟਰ 5 ਲੀਟਰ ਬਈ ਉਹਨੇ ਬੱਕਰੀ ਦਿੰਦੇ ਹੁਣੀ ਆਪਾਂ ਕਹਿੰਦੇ ਜਲਾਈਆ ਬਾਈ ਯਾਰ ਆਪਣੀ ਨਹੀਂ ਦਿੰਦੀ ਆਪਣੀ ਕੋਈ ਜਲਾਈ ਨਹੀਂ ਕਿਸੇ ਨਾਲ ਵੀ ਯਾਰ ਠੀਕ ਆ ਕੀ ਫਾਇਦਾ ਨਹੀਂ ਬਾਈ ਗੱਲ ਸੇਵਾ ਕਰਦਾ ਉਹੀ ਦਿੰਦਾ ਸਹੀ ਗੱਲ ਆ ਸਹੀ ਨਾ ਇਹ ਤਾਂ ਸੇਵਾ ਤੇ ਡਿਪੈਂਡ ਕਰਦਾ ਹਾਂ ਬਾਈ ਲੈ ਵੀ ਆਹ ਬੱਕਰੀ ਦੇਖ ਸਕਦੇ ਹੋਗੇ ਕੋਈ ਨਾ ਹੋਰ ਦਿਖਾ ਦੇ ਮਾਗ ਦੀ ਮਾਰ ਫੜੀ ਚੱਲ ਬਾਈ ਨਾਲ ਦੇ ਨਾ ਬੱਕਰੀਆਂ ਲੈ ਲਿਆ 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 ਕਾਲੀ ਲਿਆ ਛੋਟੂ 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 ਫੜ ਲੈ ਪੁੱਤ ਇਹ ਨਾਲ ਹੀ ਹੁੰਦਾ ਮੁੰਡਾ ਨਾਲ ਹੀ ਆ ਬਾਈ ਪੱਕਾ ਆਪਣਾ ਚੇਲਾ ਇਹਦਾ ਮਾਲ ਮਾਲ ਬਣਾ ਦੇਣਾ ਆਪਾਂ ਨੇ ਇਹਦਾ ਮਾਲ ਬਣਾ ਦੇਣਾ ਬਾਈ ਹਾਂ ਸਪੋਰਟ ਕਰਦੇ ਸਹੀ ਗੱਲ ਪੜਦਾ ਨਹੀਂਗਾ ਇਹ ਪੜਦਾ ਉਹਨੂੰ ਪਤੀ ਆ ਬਾਈ ਪੜ ਲੈ ਬਾ ਜਿਹੜਾ ਪੜਨਾ ਨਹੀਂ ਹੈ ਸ਼ੌਂਕ ਬੰਦੇ ਦੀ ਬੱਕਰੀਆਂ ਉਹੀ ਨਾ ਖੀਵੇ ਤੋਂ ਦਿਆਲੂ ਵਾਲੇ ਕੀ ਵੇਖਣਾ ਹੈ ਸਦ ਦੇ ਵਾਲੇ ਕੀ ਵੇਖਣੋ ਲੈ ਵਿਆਹ ਦੇਖ ਸਕਦੇ ਹਾਂ ਜੋੜੀ ਬਾਈ ਚੰਗੀ ਹੈ ਵੀ ਹਨਾ ਇਹ ਕਿਵੇਂ ਨੇ ਬੱਕਰੀਆਂ ਇਹ ਬੱਕਰੀਆਂ ਬਾਈ ਪਹਿਲੇ ਪਹਿਲੇ ਸੂਏ ਹੋਈਆਂ ਠੀਕ ਆ ਹਾਈਟ ਕਿੰਨੀ ਕੁ ਆਪਣੀ ਬੱਕਰੀਆਂ ਦੀ ਹੇਡ ਤਾਂ ਬਾਈ ਦੇਖਦੇ ਸਾਹਮਣੇ ਆ ਹੇਡ ਆਹੀ ਹੇਡ ਤੇ ਰੱਖਦੇ ਹੋ ਨਾ 37.5-37 ਇੰਚ ਬੱਕਰੀ ਲੈ ਵੀ 37.5-37 ਇੰਚ ਦੀ ਬੱਕਰੀ ਆ ਵੀ ਦੇਖ ਸਕਦੇ ਹੋਗੇ ਹੁਣ ਜਿਵੇਂ ਮੌਸਮ ਜਿਹਾ ਬਦਲ ਰਿਹਾ ਹੈਗਾ ਨਾ ਹਾਂ ਬਾਈ ਕੋਈ ਦਿੱਕਤ ਤਾਂ ਨਹੀਂ ਆਉਂਦੀ ਹੁਣ ਕੋਈ ਦਿੱਕਤ ਨਹੀਂ ਆਉਂਦੀ ਆਪਾਂ ਨੂੰ ਬਾਈ ਠੀਕ ਹੈ ਸਿਆਲ ਚ ਸਭ ਕੁਝ ਆ ਬਾਈ ਤੇ ਇੱਕ ਬੱਕਰਾ ਲੱਗਦਾ ਨਹੀਂ ਬਾਈ ਨਾ ਤੇ ਯਾਰ ਅੱਛਾ ਸੇਵਾ ਕਰਨੀ ਘਰੇ ਬਾਈ ਹਾਂ ਇਹਨੇ ਮਿਹਨਤ ਕਰਨੀ ਆ ਬਾਈ ਸਹੀ ਗੱਲ ਆ ਬਾਈ ਮਿਹਨਤ ਭਾਲਦੀਆਂ ਨੇ ਬਾਈ ਬੱਕਰੀਆਂ ਦੇਖ ਸਕਦੇ ਹੋਗੇ ਹੋਰ ਫੜੋ ਬੱਕਰੀ ਮਗਰ ਦੀ ਮਗਰ ਦੇਖ ਸਕਦੇ ਹੋ ਬਾਈ ਆ ਦਿਖਾ ਦੇ ਬਾਈ ਬਾਈ ਕਹਿੰਦਾ ਦਰਮਿਆਨੇ ਜੇ ਕੱਦ ਦੀਆਂ ਬੱਕਰੀਆਂ ਨੇ ਆਪਣੇ ਕੋਲੇ ਦਰਮਿਆਨੇ ਦੇ ਮੁੱਲ ਦੀਆਂ ਆਉਣਗੀਆਂ ਨਾ ਹਾਂ ਬਾਈ ਦਰਮਿਆਨੇ ਦੀਆਂ ਨੇ ਬਾਈ ਵੇਚਣ ਵਾਲੇ ਹੈਗੇ ਨੇ ਕੋਈ ਨਾ ਬਾਈ ਸੇਲ ਨਹੀਂ ਕਰਦੇ ਯਾਰ ਸੇਲ ਹਜੇ ਕੋਈ ਨਹੀਂ ਕਰਦੇ ਬਾਈ ਲੈ ਵੀ ਬਾਈ ਕਹਿੰਦਾ ਸੇਲ ਹਜੇ ਕੋਈ ਨਹੀਂ ਹੈਗੀਆਂ ਬਾਈ ਦੇਖ ਸਕਦੇ ਹੋਗੇ ਪਹਿਲੇ ਸੂਏ ਹੈਗੀ ਹਾਂ ਪਹਿਲੇ ਸੂਏ ਬਾਈ ਪਹਿਲੇ ਸੂਏ ਹੋਰ ਫੜ ਲਾਂ ਮਗ ਦੀ ਮਗਰ ਬੋਕ ਲੈ ਕੇ ਕੱਢ ਕੇ ਛੋਟੂ ਭਾਜਾ ਹੋ ਲਿਆ ਹੋ ਲਿਆ ਲੈ ਅੰਨੇ ਆਈ ਬਣਾ ਲੈ 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 ਬਾਈ ਇਹਦਾ ਬੋਕ ਆ ਬਾਈ ਲੈ ਇੱਧਰ ਲਿਆ ਇਹ ਸੀ ਦੇ ਪੀਣੀ ਬੋਕਾ ਲੈ ਲਿਆ ਇਹਦਾ ਬੱਚਾ ਬਾਈ ਅੱਗੇ ਲੈ ਲੈ ਬਾਈ ਲੈ ਵੀ ਦਿਖਾ ਦਈਏ ਤੁਹਾਨੂੰ ਬੱਕਰੀ ਦੇਖ ਸਕਦੇ ਹੋ ਬਾਈ
ਬਾਈ ਕਹਿੰਦਾ 1.5-2 ਲੀਟਰ ਦੁੱਧ ਦਾ ਬਾਈ ਸਾਰਾ ਹਾਂ ਬਾਈ ਹਾਂ ਬਾਈ ਹਾਂ ਬਾਈ ਹਾਂ ਜਿੰਨੇ ਕ ਹੈਗਾ ਬਾਈ ਜਾਇ ਜਾਣਾ ਹਨਾ ਲੈ ਲਿਆ ਬੋ ਕੋਈ ਲਿਆ ਬਾਈ ਮੁੱਤ ਕੋਈ ਦਿੱਕਤ ਨਹੀਂ ਆਉਂਦੀ ਚਾਰਨ ਦੇ ਵਿੱਚ ਕੋਈ ਦਿੱਕਤ ਨਹੀਂ ਬਾਈ ਯਾਰ ਨਿੰਮ ਕਿੰਨੇ ਮੱਕੇ ਬਾਈ ਭਾਈ ਨਾ ਨਿੰਮ ਕੇ ਬਾਈ ਸਭ ਕੁਝ ਨਿੰਮ ਕੇ ਠੀਕ ਹੈ ਚਰਾਈ ਕਿਵੇਂ ਆ ਪਹਿਲਾਂ ਤੇ ਹੁਣ ਨਾਲੋਂ ਫਰਕ ਹੋਊ ਬੜਾ ਫਰਕ ਆ ਬਾਈ ਉਹਦਾ ਟਾਈਮ ਪਾਸ ਹੋ ਕਿੱਥੇ ਕੁਛ ਬਾਈ ਠੀਕ ਹੈ ਪਹਿਲਾਂ ਕਿੰਨਾ ਕੁ ਹੁੰਦਾ ਪਹਿਲਾਂ ਬਹੁਤ ਕੁਛ ਹੁੰਦਾ ਸੀ ਬਾਈ ਪਹਿਲਾਂ ਤੈਨੂੰ ਪਤਾ ਬਾਹਣ ਵਿਹਲੇ ਪਏ ਹੁੰਦੇ ਸੀ ਬਾਹਣ ਵਿਹਲੇ ਪਏ ਨਾ ਹੁਣ ਫਿਰ ਕਿਵੇਂ ਸਾਰਦੇ ਹੋਗੇ ਬਸ ਤੈਨੂੰ ਪਤਾ ਬਾਈ ਘਰੇ ਪਾ ਦੇਣਾ ਦਾਣੇ ਦੂਣੇ ਠੀਕ ਆ ਮੁੱਕੀ ਮੁੱਕੀ ਪਾ ਦੇਣਾ ਪਰ ਬਸ ਸੁੰਨੀ ਸੁੰਨੀ ਰਲਾ ਦੇਣਾ ਜੋ ਬੀਜੇ ਹੋਏ ਨੇ ਹਾਂ ਅੱਛਾ ਪਾ ਦੇਣਾ ਵੱਢ ਕੇ ਆਪਦੀ ਜ਼ਮੀਨ ਕਰਕੇ ਚੱਲੀ ਜਾਂਦਾ ਹਾਂ ਚੱਲੀ ਜਾਂਦਾ ਬਾਈ ਲੈ ਵਿਆ ਬੱਕਰਾ ਦਿਖਾਉਣਾ ਤੁਹਾਨੂੰ ਕਿੰਨੇ ਦੰਦ ਹੋ ਗਿਆ ਬਾਈ ਇਹ ਉਹ ਮਿਲਦਾ ਬਾਈ ਚੌਗੇ ਲੈ ਵੀ ਚੌਗਾ ਬਾਈ ਬੱਕਰਾ ਦੇਖ ਸਕਦੇ ਨਵਾਂ ਜਿਹਾ ਬੱਕਰਾ ਹੈਗਾ ਚੰਗੀ ਕੁਆਲਿਟੀ ਹੈ ਨਾ ਬੱਕਰੇ ਦੀ ਬਾਈ ਜਮਾ ਸਿਰ ਹੀ ਆ ਬਾਈ ਸਿਰ ਹੀ ਬੱਚੇ ਕਿਵੇਂ ਆਉਂਦੇ ਨੇ ਬਾਈ ਬੱਚੇ ਕਾਹਨੂੰ ਪੁੱਛਦਾ ਬੱਚਾ ਦਿਖਾ ਦੇਗਾ ਬਾਈ ਦਾ ਬੱਚਾ ਹੀ ਨਹੀਂ ਸੀ ਨਹੀਂ ਬੱਚਾ ਬਾਈ ਇੱਕ ਤਾਂ ਫੜ ਕੇ ਦੋ ਬੱਚੇ ਫੜ ਲਿਆ ਹਾਂ ਲੈ ਕਾਲੇ ਫੜ ਲਿਆ ਲੈ ਵੀ ਜੈਡ ਬਲੈਕ ਬੱਚਾ ਰੱਖਿਆ ਬਾਈ ਬੱਕਰੇ ਦੇ ਉੱਤੇ ਡਿਪੈਂਡ ਕਰਦਾ ਸਾਰਾ ਹਾਂ ਬਾਈ ਹਾਂ ਬੱਕਰੀ ਦੀ ਕਰਨਾ ਬਾਈ ਆਪਾਂ ਨੇ ਇਸ ਨੇ ਜੜ ਬੂਰੀ ਹੁੰਦੀ ਆ ਬਾਈ ਦੇਖ ਸਕਦੇ ਹੋ ਦੇਖ ਬਾਈ ਐਦਾਂ ਡੇਢ ਕਿ ਮਹੀਨੇ ਦਾ ਬੱਚਾ ਬਾਈ ਇਹ ਲੈ ਵੀ ਡੇਢ ਕਿ ਮਹੀਨੇ ਦਾ ਬੱਚਾ ਸਾਰਾ ਦੂਦਾ ਬਾਈ ਚੌਂਦੇ ਵੀ ਨਹੀਂ ਬੱਕਰੀ ਕਿੰਨੇ ਕੁ ਰੁਪਏ ਤੱਕ ਬੱਕਰੀ ਵੇਚੀ ਆਪਾਂ ਹੁਣ ਤੱਕ ਬਾਈ ਯਾਰ 30-35 ਹਜ਼ਾਰ ਦੀ ਬੱਕਰੀ ਵੇਚੀ ਆ ਬਾਈ 30-35 ਹਜ਼ਾਰ ਦੀ ਹੋਈ ਹਵਾ ਮਾਰੀ ਇਹ ਕੀ ਫਾਇਦਾ ਨਹੀਂ ਬੱਚਾ 10 ਤੋਂ ਸਟਾਰਟ ਆ ਬਈ ਛੱਡ ਲੈ 10 ਤੋਂ ਸਟਾਰਟ ਆ ਲੈ ਵੀ ਬਾਈ ਕਹਿੰਦਾ ਬੱਚਾ 10 ਤੋਂ ਸਟਾਰਟ ਹੈਗਾ ਲੈ ਵੀ ਦੇਖ ਸਕਦੇ ਬਈ ਬਰੀਡਰ ਇਹ ਬਰੀਡਰ ਆ ਬਾਈ ਦਾ ਤੇ ਆ ਭੇਡਾਂ ਗੇਮ ਰੱਖੀਆਂ ਨੇ ਬਾਈ ਬਈ ਸ਼ੌਂਕ ਹੈ ਸ਼ੌਂਕ ਆ ਸ਼ੌਂਕ ਇਹਨਾਂ ਦਾ ਫਾਇਦਾ ਹੈਗਾ ਭੇਡਾਂ 'ਚ ਕੁਝ ਕਿੰਨਾ ਬਈ ਭੇਡਾਂ ਦਾ ਬੱਕਰੀ ਨੂੰ ਫਾਇਦਾ ਹੋਇਆ ਭੇਡਾਂ ਦਾ ਬਈ 4 ਹੀ ਬਾਤ ਹੈਗਾ 4 ਹੈਗਾ ਫਰੇ ਬਈ ਬੱਕਰੀਆਂ ਹੀ ਨਹੀਂ ਬੱਕਰੀਆਂ ਦਾ ਹੈੜੀ ਹੈ ਨਾ ਕਿਤੇ ਮਰਜ਼ੀ ਛੱਡ ਦੇ ਬਾਈ ਬਹੁਤ ਨਾ ਬੈਠਾ ਰਹਾ ਬਾਈ ਕਿੰਨੇ ਟਾਈਮ 'ਚ ਤਿਆਰ ਹੋ ਜਾਂਦੀ ਹੈ ਭੇਡ ਇਹ ਭੇਡ ਬਾਈ ਸਾਲ 'ਚ ਤਿਆਰ ਹੁੰਦੀ ਹੈ ਸਾਲ 'ਚ ਵਧੀਆ ਵਧੀਆ ਬਾਈ ਸ਼ਰੇ ਦੀ ਬਾਈ ਕਹਿੰਦਾ ਭੇਡ ਸਾਲ 'ਚ ਤਿਆਰ ਰਹਿੰਦੇ ਬੱਚਾ ਇਹਦਾ ਕਿੰਨੀ ਕੀਮਤ ਦਾ ਹੁੰਦਾ ਭੇਡ ਦਾ ਕੀਮਤ ਦਾ ਬਾਈ ਯਾਰ ਅਸੀਂ 10,000 ਤੋਂ ਘੱਟ ਦਿੰਦੇ ਨਹੀਂ ਬੱਚਾ ਬੱਚਾ ਭੇਡ ਦਾ ਵੀ ਭੇਡ ਦਾ ਬਾਈ ਯਾਰ ਭੇਡ ਦਾ ਵੀ ਸਹੀ ਗੱਲ ਆ ਬਾਈ ਕਹਿੰਦਾ 10,000 ਤੋਂ ਬੱਚਾ ਘੱਟ ਦਿੰਦੇ ਨਹੀਂ ਹੈਗੇ ਬਾਈ ਸੋਹਣਾ ਬਾਈ ਦੇਖ ਸਕਦੇ ਭੇਡਾਂ ਕਿੰਨੀਆਂ ਰੱਖੀਆਂ ਹੋਈਆਂ ਨੇ ਬਾਈ ਭੇਡਾਂ ਆਈਆਂ ਨੇ ਆਪਣੇ ਲਈ 10-11 ਨਗ ਬਾਈ ਲੈ ਵੀ 10-11 ਨਗ ਨੇ ਭੇਡਾਂ ਦੇਖ ਸਕਦੇ ਹੋਗੇ ਭੇਡੂ ਭੇਡੂ ਦੇਖਿਆ ਬਾਈ ਮੀਡਾ ਸਿਰੇ ਦਾ ਭੇਡੂ ਵੀ ਹੈਗਾ ਆਹ ਤੇ ਮੀਡਾ ਲੈ ਵੀ ਮੀਡਾ ਦੇ ਨਾ ਮਾਰੇ ਨਾ ਕਰੇ ਯਾਰ ਕਿਹੜੀ ਬਰੀਡ ਆ ਇਹ ਇਹ ਕਾਜਲੀ ਨੇ ਬਾਈ ਕਾਜਲੀ ਅੱਗੇ ਲਿਆ ਕੱਢ ਲਿਆ ਮਾੜਾ ਜਿਹਾ ਰਾਜੂ ਰਾਜੂ ਲੈ ਇਹਦਾ weight ਕਿੰਨਾ ਹੋਊਗਾ weight ਦਾ ਦੇਖ ਲੈ ਬਾਈ ਤੋਲਿਆ ਲਿਖ ਦੇ ਹੋਊ ਕੁਆਂਟਲ ਦਾ ਮੋ ਨਾਲ ਬਾਈ ਇਹ ਵੀ ਕੁਆਂਟਲ ਦਾ ਭੇਡੂ ਹੋ ਬਾਈ ਦੇਖ ਸਕਦੇ ਹੋ ਨਾ ਕਜਲਾ ਰੱਖਿਆ ਹੋਇਆ ਨਾ ਹਾਂ ਬਾਈ ਲੈ ਵੀ ਕਜਲਾ ਹੈਗਾ ਵੇਚਣਾ ਇਹ ਨਾ ਬਾਈ ਵੇਚਣਾ ਬਾਈ ਕਹਿੰਦਾ ਵੇਚਣਾ ਨਹੀਂ ਹੈਗਾ ਬਾਈ ਚੰਗਾ ਨਾ ਚੰਗਾ ਬਾਈ ਹੈ ਨਾ ਇਹਦੇ ਬੱਚੇ ਕਿਵੇਂ ਆਉਂਦੇ ਨੇ ਬੱਚੇ ਪੂਰੇ ਵਧੀਆ ਬਾਈ ਪੂਰੇ ਵਧੀਆ ਇਹਦੇ ਬੱਚੇ ਬਾਈ ਬਾਈ ਕਹਿੰਦਾ ਪੂਰੇ ਵਧੀਆ ਬੱਚੇ ਆਉਂਦੇ ਦੇਖ ਲੈ ਬਾਈ ਇੱਕ ਮੂੰਹ ਦੀ ਤੇ ਬਾਣੀ ਨਾ ਕਿਸ ਦਿਨ ਨੂੰ ਇਹ ਠੀਕ ਆ ਲੈ ਲਈ ਬਾਈ ਇੱਕ ਮੂੰਹ ਦੀ ਲੈ ਲੈ ਬਾਈ ਦੇਖ ਸਕਦੇ ਹੋ ਚੰਗਾ ਬਾਈ ਦੇਖ ਸਕਦੇ ਹੋਗੇ ਜੇ ਕੋਈ ਬੰਦਾ ਨਵਾਂ ਕੰਮ ਕਰਨਾ ਚਾਹੁੰਦਾ ਹੋਵੇ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਬੰਦੇ ਹੈ ਕਰਨਾ ਚਾਹੀਦਾ ਜਿਵੇਂ ਹੁਣ ਨੌਕਰੀ ਤਾਂ ਮਿਲਦੀ ਨਹੀਂ ਹੈਗੀ ਨਾ ਨੌਕਰੀ ਤਾਂ ਪਤੀ ਹੈ ਹਾਂ ਲੋਕ ਦਾ ਕਿੱਥੇ ਜਾਂਦੇ ਜੇ ਆਪਾਂ ਜਾਨ ਕਿ 5-4 ਕ ਬੱਕਰੀਆਂ ਰੱਖ ਕੇ ਕੰਮ ਕਰ ਲਈਏ ਤੋਰ ਆਪਦਾ ਹਾਂ ਜਗਾੜ ਤੋਰੋ ਬਾਈ ਠੀਕ ਆ ਹਾਂ ਬਾਈ ਤਾਂ ਗੱਲ ਹੈਗੀ ਘਰੇ ਰੱਖ ਕੇ ਕਰ ਸਕਦੇ ਆ ਬੱਕਰੀਆਂ ਨੂੰ ਕਿਵੇਂ ਹਾਂ ਬਾਈ ਘਰੇ ਹਾਂ ਕਰ ਸਕਦਾ ਬਾਈ ਮਿਹਨਤ ਸੇ ਨਾ ਬਾਈ ਮਿਹਨਤ ਆ ਬਾਈ ਘਰੇ ਰੱਖ ਕੇ ਵੀ ਸੱਤ ਸਿਰ ਬੈਠ ਸਕਦਾ ਹਾਂ ਸੱਤ ਤੇ ਨਹੀਂ ਬੈਠ ਸਕਦਾ ਫਿਰ ਆਪਦੇ ਬੱਕਰੀਆਂ ਭੇਡਾਂ ਦੇ ਵਿੱਚ ਹੀ ਰਹਿਣਾ ਪਊ ਬਾਈ ਜੇ ਕਿਸੇ ਨੇ ਕਰਨਾ ਨਾ ਹਾਂ ਬਾਈ ਲੈ ਵੀ ਦੇਖ ਸਕਦੇ ਹੋ ਕਿ ਬਾਕੀ ਬਾਈ ਨਾਲ ਤੁਸੀਂ ਗੱਲਬਾਤ ਕਰ ਲਿਓ ਬਾਈ ਜੇ ਕੋਈ ਵੀ ਗੱਲਬਾਤ ਕਰਨੀ ਹੋਈ ਨੰਬਰ ਬੋਲ ਦੇ ਬਾਈ ਨੰਬਰ 88729 ਹਾਂ 8823 ਦੁਬਾਰੇ ਫੇਰ 88729 8823 ਲੈ ਵੀ ਦੇਖ ਸਕਦੇ ਹੋਗੇ ਬਾਈ ਬਾਈ ਦੀਆਂ ਬੱਕਰੀਆਂ ਨੇ ਹੋਰ ਦਿਖਾ ਦਿਓ ਕੋਈ ਹੈਗੀ ਚੰਗੀਆਂ ਬੱਕਰੇ 5-4 ਤੇ ਆ ਵਿੱਚ ਦੇਸੀ ਬੱਕਰੀਆਂ ਰੱਖੀਆਂ ਪਈਆਂ ਨੇ ਆਪਾਂ ਇਹ ਕਾਹਦੋਂ ਰੱਖੀਆਂ ਨੇ ਬਾਈ ਆ ਜਵਾਕ ਹੀ ਨੇ ਬਾਈ ਅਸੇ ਜਵਾਕ ਦੀਆਂ ਨੇ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਦੇਸੀ ਨਾ ਬਾਈ ਕੋਈ ਨਹੀਂ ਆਉਂਦੀ ਯਾਰ ਮਾਲ ਮਾਲ ਆਈ ਹੌਲੀ ਬੋਟਸ ਬੱਟਲ ਪਾ ਲਾਂਗੇ ਵਧੀਆ ਹੌਲੀ ਹੌਲੀ ਬਣ ਜੂ ਨਾ ਹਾਂ ਬਾਈ ਸਹੀ ਗੱਲ ਆ ਬਈ ਇਹ ਮੁੰਡੇ ਨਾਲ ਗੱਲਬਾਤ ਕਰੀਏ ਆਪਾਂ ਆ ਜਾ ਮੁੰਡੇ ਆ ਜਾ ਜਵਾਕ ਨਾਲ ਗੱਲਬਾਤ ਕਰਦੇ ਆ ਬਾਈ ਹੁਣ ਇਹ ਅੱਗੇ ਆ ਜਾ ਕੀ ਨਾਮ ਆ ਬਈ ਤੇਰਾ ਲਵਪ੍ਰੀਤ ਲੈ ਵੀ ਆ ਮੁੰਡੇ ਦਾ ਨਾਮ ਲਵਪ੍ਰੀਤ ਹੈਗਾ ਹਨਾ ਕਿੰਨੀ ਉਮਰ ਹੋ ਗਈ ਤੇਰੀ 12 ਸਾਲਾਂ ਦਾ ਲੈ ਕਿੰਨੀਆਂ ਬੱਕਰੀਆਂ ਹੋਗੀਆਂ ਤੇਰੇ ਕੋਲੇ ਹੁਣ 12 ਸਾਲਾਂ ਦਾ ਤੇ 12 ਹੀ ਬੱਕਰੀ ਰੱਖੀ ਬੈਠਾ ਹੈ ਲੈ ਵੀ 12 ਬੱਕਰੀਆਂ ਨੇ ਮੁੰਡੇ ਕੋਲੇ ਠੀਕ ਹੈ ਨਾਲ ਹੀ ਹੁਣ ਇਹਨਾਂ ਦੇ ਸਕੂਲ ਸਕਾਲ ਹਟ ਗਿਆ ਜੀ ਨਹੀਂ ਕਰਦਾ ਜਾਣ ਨੂੰ ਕਿਉਂ ਕਾਹਤੋਂ ਇੰਨਾ ਜੇ ਛੋਟਾ ਹੁੰਦਾ ਜੀ ਇੰਨੇ ਚ ਪੈ ਗਈ ਛੋਟਾ ਹੁੰਦਾ ਜੀ ਕਿੰਨਾ ਟਾਈਮ ਹੋ ਗਿਆ ਹੋ ਗਈ 2-3 ਸਾਲ 2-3 ਸਾਲ ਹੁਣ ਵੀ ਤੂੰ ਉੱਡਾ ਕੀ ਆ ਛੋਟਾ ਹੀ ਹੁਣ ਵੀ ਮੈਂ ਕਹਿੰਦਾ ਛੋਟਾ ਹੁੰਦੇ ਇਹਨਾਂ ਦੇ ਵਿੱਚ ਹੀ ਪੈ ਗਿਆ ਸੀਗਾ ਹਨਾ ਜੀ ਨਹੀਂ ਕਰਦਾ ਖੇਡਣ ਖੁੱਡਣ ਨੂੰ ਤੇਰਾ ਨਹੀਂ ਕਿਉਂ ਕਾਹਤੋਂ ਬਾਈ ਜੀ ਨਹੀਂ ਕਰਦਾ ਖੇਡਣ ਨੂੰ ਨਾ ਠੀਕ ਆ ਮੰਮੀ ਡੈਡੀ ਹੈਗੇ ਨੇ ਹਾਂ ਠੀਕ ਆ ਕਿਹੜਾ ਕੰਮ ਕਰਦੇ ਮੰਮੀ ਡੈਡੀ ਉਹੀ ਬਸ ਕੰਮ ਕੁਮ ਕਰਨ ਵਾ ਜਾਂਦੇ ਠੀਕ ਆ ਦਿਹਾੜੀ ਦੱਪਾ ਕਰਦੇ ਨੇ ਕਿੰਨੇ ਭਾਈ ਹੋ ਅਸੀਂ ਤਿੰਨ ਭਾਈ ਹੋ ਉਹ ਕਿਹੜਾ ਕੰਮ ਕਰਦੇ ਨੇ ਉਹ
ਇੱਕ ਵਿਹਲਾ ਗਾ ਤੂੰ ਇੱਧਰ ਆ ਗਿਆ ਤੈਂ ਨਹੀਂ ਵਿਹਲਾ ਰਹਿਣਾ ਹੈ ਕਾਹਤੋਂ ਨਹੀਂ ਵਿਹਲਾ ਰਹਿਣਾ ਬਾਈ ਵਧੀਆ ਗੱਲ ਨਹੀਂ ਹੁੰਦੀ ਨਾ ਵਿਹਲਾ ਰਹਿਣਾ ਹੈ ਨਾ ਚੰਗਾ ਕੰਮ ਆ ਜਾ ਵੀ ਆਪਾਂ ਆਪਦਾ ਕੰਮ ਕਰ ਲਈਏ ਨਾ ਜਦੋਂ ਨੂੰ ਤੇਰੀ ਉਮਰ ਹੋਊਗੀ 20 ਸਾਲ ਦੀ ਮਤਲਬ ਤੇ ਲੱਗਦਾ ਖਾਸੀਆਂ ਬੱਕਰੀਆਂ ਹੋ ਜਾਣਗੀਆਂ ਕਿੰਨੀਆਂ ਬੱਕਰੀਆਂ ਕਰਨੀਆਂ ਨੇ ਤੈਨੇ 20-25 ਫਿਰ ਆਪ ਚਾਰਿਆ ਕਰੀਆਂ ਹੈ ਦਿਖਾ ਤੇਰੀ ਤੇਰੀਆਂ ਬੱਕਰੀਆਂ ਦਿਖਾ ਕਿਹੜੀਆਂ ਨੇ ਦਿਖਾ ਤੇ ਤੇਰੀ ਆਪਦੀ ਬੱਕਰੀ ਦਿਖਾ ਲੈ ਵੀ ਮੁੰਡੇ ਦੀਆਂ ਬੱਕਰੀਆਂ ਦਿਖਾਉਣੇ ਤੁਹਾਨੂੰ ਲਿਆ ਦੱਸ ਇਹਦੇ ਬਾਰੇ ਇਹ ਕਿੰਨੇ ਸਾਲ ਦੀ ਹੋ ਗਈ ਕੱਚੇ ਦੰਦ ਲੈ ਵੀ ਖੀਰ ਹੀ ਆ ਨਾ ਦੇਖ ਸਕਦੇ ਕਿੰਨੇ ਮਹੀਨੇ ਦੀ ਹੋ ਗਈ ਬੱਕਰੀਆਂ ਦਿਖਾਵਾਂਗੇ ਆਪਾਂ ਪਛਾਣ ਹੈਗੀ ਬੱਕਰੀਆਂ ਦੀ ਲੈ ਵੀ ਪਛਾਣ ਆ ਮੁੰਡੇ ਨੂੰ ਪੂਰੀ ਬੱਕਰੀਆਂ ਦੀ ਆਪਦੀਆਂ ਦੀ ਜ਼ੋਰ ਘੱਟ ਆ ਤੇਰੇ ਦੇ ਵਿੱਚ ਅਜੇ ਹੈ ਨਾ ਅਜੇ ਜ਼ੋਰ ਘੱਟ ਆ ਮੁੰਡੇ ਦੇ ਵਿੱਚ ਦੱਸ ਇਹਦੇ ਬਾਰੇ ਕਿੰਨੇ ਦੰਦ ਹੋ ਗਈ ਇਹ ਹੀ ਹੋਊਗੀ ਚੌਥੇ ਸੂਏ ਚੌਥੇ ਸੂਏ 8 ਦੰਦ ਬੱਕਰੀ ਆ ਲੈ ਵੀ ਚੌਥੇ ਸੂਏ ਬੱਕਰੀ ਹੈਗੀ ਦੁੱਧ ਕਿੰਨਾ ਕੁ ਤੇਰੀ ਬੱਕਰੀ ਥੱਲੇ ਇਹ ਥੱਲੇ ਹੋਊਗਾ ਜੀ ਲੀਟਰ ਕਾ ਲੈ ਵੀ ਲੀਟਰ ਕਾ ਦੁੱਧ ਆ ਬੱਚੇ ਬੁੱਚੇ ਦਿੰਦੀ ਆ ਵਧੀਆ ਸੋਹਣੇ ਬੱਚੇ ਦਿੰਦੀ ਆ ਕਾਲੇ ਬੱਚੇ ਠੀਕ ਆ ਲੈ ਵੀ ਹੋਰ ਫੜ ਲਿਆ ਮਗਰ ਬੱਚਾ ਫੜ ਕੇ ਲੈ ਕੇ ਆ ਕੋਈ ਚੱਲ ਤੇਰੇ ਕੇ ਜੱਡਾ ਬੱਚੇ ਦਾ ਮਤਲਬ ਐ ਵੱਡੀ ਨੇ ਉਹ ਕਰੇ ਨੇ ਫੜ ਲਿਆ ਚੱਲ ਘਰੇ ਵੀ ਰੱਖੇ ਹੋਈਆਂ ਨੇ ਹੈ ਘਰੇ ਹੀ ਮੇਮਣੇ ਨੇ ਆਣੇ ਘਰੇ ਮੇਮਣੇ ਨੇ ਲਓ ਬਈ ਦੇਖ ਆ ਦੋ ਮੇਮਣੇ ਦਿੱਤੇ ਨੇ ਚਾਰ ਮੇਮਣੇ ਇਹਦੀ ਬੱਕਰੀ ਨੇ ਜੀ ਇਹਨੇ ਦਿੱਤੇ ਕਿਹੜੀ ਬੱਕਰੀ ਨੇ ਓਏ ਇਹਨੇ ਲਿਆ ਬਈ ਚਾਰ ਬੱਚੇ ਦਿੱਤੇ ਨੇ ਹਾਂ ਲੈ ਵੀ ਆ ਮੁੰਡੇ ਦੀ ਬੱਕਰੀ ਨੇ ਚਾਰ ਬੱਚੇ ਦਿੱਤੇ ਐ ਨੇ ਚਾਰ ਬੱਚੇ ਆਏ ਨੇ ਬੱਕਰੀ ਦੇਖ ਸਕਦੇ ਹੋ ਬੱਕਰੀ ਤਾਂ ਹੈਗੀ ਆ ਗਈ ਮਾਸਾ 35 ਇੰਚ ਦੀ 35 ਇੰਚ ਦੀ ਹੋਊਗੀ 35 ਇੰਚ ਦੀ ਬੱਕਰੀ ਆ ਵੀ ਪਰ ਦਿੱਤੇ ਚਾਰ ਬੱਚੇ ਨੇ ਦੁੱਧ ਕਿੰਨਾ ਥੱਲੇ ਹੋਣਗੇ 2 ਲੀਟਰ ਵਧੀਆ ਰਜਾਉਂਦੀ ਬੱਚੇ ਬੱਚੇ ਵਧੀਆ ਰਜਾਉਂਦੇ ਵੇਚਣੀਆਂ ਵੇਚਦੇ ਇਹ ਨੀ ਵੇਚਦੇ ਸਹੀ ਗੱਲ ਬਈ ਚਾਰ ਬੱਚੇ ਆਉਂਦੇ ਨੇ ਨਾ ਹੈ ਨਾ ਲੈ ਵੀ ਦੇਖ ਸਕਦੇ ਢੇਰ ਲਾ ਦਿੰਦੀ ਆ ਬੱਚਿਆਂ ਦਾ ਤਾਂ ਕਹਿੰਦੇ ਹੈ ਵੇਚਣੀ ਨਹੀਂ ਹੈਗੀ ਬਾਈ ਕਹਿੰਦੇ ਦੇਖ ਸਕਦੇ ਥਣ ਦਿਖਾ ਇਹਦੇ ਲੈ ਦੇਖ ਸਕਦੇ ਹੋ ਬਈ ਨਾ ਬੱਚੇ ਦੀ ਬੱਕਰੀ ਇਹ ਚੋਈ ਨਹੀਂ ਹੈਗੀ ਅੱਜ ਚੋਈ ਸੀ ਘਰੇ ਹੁਣ ਹੱਥ ਨੇ ਚੋਂ ਗਿਆ ਬੱਚੇ ਘਰੇ ਨੇ ਇਹਦੇ ਚੰਗੇ ਨੇ ਬੱਚੇ ਜਮਾਂ ਵਧੀਆ ਨੇ ਠੀਕ ਆ ਤੰਦਰੁਸਤ ਨੇ ਲੈ ਵੀ ਤੰਦਰੁਸਤ ਨੇ ਬਾਈ ਕਹਿੰਦਾ ਦੇਖ ਸਕਦੇ ਹੋ ਲੈ ਵੀ ਦੇਖ ਸਕਦੇ ਹੋ ਨਾ ਠੀਕ ਆ ਬਈ ਛੋਟੂ ਆ ਜਾ ਮੁੰਡਿਆ ਤੇਰੇ ਨਾਲ ਵੀ ਗੱਲਬਾਤ ਕਰ ਲਈਏ ਯਾਰ ਇਹਦਾ ਕੰਮ ਆ ਬਈ ਟਾਂਗੀਆਂ ਨਾਲ ਉੱਪਰੋਂ ਲਾਂਗੀ ਤਾਰਨਾ ਹਨਾ ਤੇਰਾ ਕੰਮ ਆ ਬਈ ਕੀ ਨਾਮ ਆ ਮਨਪ੍ਰੀਤ ਆ ਜਾ ਅੱਗੇ ਆ ਜਾ ਬਈ ਮਨਪ੍ਰੀਤ ਆ ਬਾਈ ਦਾ ਨਾਮ ਦੇਖ ਸਕਦੇ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਬਾਈ ਨਾਲ ਆਪਾਂ ਨੂੰ ਮੈਂ ਹਟ ਗਿਆ ਸੀਗਾ ਚੌਥੀ ਪੰਜਵੀਂ ਕਲਾਸ ਚੋਂ ਜੀ ਚੌਥੀ ਪੰਜਵੀਂ ਕਲਾਸ ਚੋਂ ਹਟ ਗਿਆ ਸੀਗਾ ਫਿਰ ਮੈਨੂੰ ਉਦੋਂ ਬਾਅਦ 'ਚ ਜੀ ਮੈਂ ਇੱਕ ਦਿਨ ਵੱਗ ਗਿਆ ਨਾਲ ਦੇ ਮੁੰਡੇ ਚਾਰ ਦੇ ਸੀਗੇ ਜੀ ਬੱਕਰੀਆਂ ਅੱਛਾ ਉਹ ਮੈਂ ਚਾਹ ਹਰ ਜੀ ਪੀਤੀ ਸੀ ਚੰਦਰੀ ਚਾਹ ਨੇ ਆਹ ਕੰਮ ਕਰਾਤਾ ਜੀ ਚਾਹ ਨੇ ਕੰਮ ਕਰਾਤਾ ਲੈ ਵੀ ਚਾਹ ਨੇ ਕੰਮ ਕਰਾਤਾ ਬਾਈ ਕਹਿੰਦਾ ਉਹ ਨਹੀਂ ਇੱਧਰ ਆਉਣਾ ਨਹੀਂ ਦੇਗਾ ਸੀਗਾ ਹਾਂ ਜੀ ਚਾਹ ਨੇ ਕੰਮ ਕਰਤਾ ਖਰਾਬ ਹੈ ਠੀਕ ਆ ਚੰਗਾ ਕੰਮ ਹੈਗਾ ਮਾੜਾ ਤਾਂ ਨਹੀਂ ਕੰਮ ਹੈਗਾ ਨਾ ਜੀ ਕੋਈ ਮਾੜਾ ਨਹੀਂ ਉਮਰ ਕਿੰਨੀ ਹੋ ਗਈ ਉਮਰ ਆਪਦੀ ਹੋ ਗਈ 15-16 ਸਾਲ ਕਿੰਨੀਆਂ ਬੱਕਰੀਆਂ ਤੇਰੇ ਕੋਲੇ 8-9 ਨਾਗ ਨੇ ਜੀ 8-9 ਨਾਗ ਨੇ ਠੀਕ ਆ ਔਖਾ ਤਾਂ ਨਹੀਂ ਲੱਗਦਾ ਕੰਮ ਨਾ ਜੀ ਕੋਈ ਔਖਾ ਨਹੀਂ ਕੋਈ ਔਖਾ ਨਹੀਂ ਹਾਂ ਜੀ ਠੀਕ ਆ ਖੇਡਣ ਖੁੱਡਣ ਨੂੰ ਤਾਂ ਨਹੀਂ ਜੀ ਕਰਦਾ ਜਿਵੇਂ ਪਹਿਲਾਂ ਲੋਕ ਇੱਧਰ ਉੱਧਰ ਫਿਰੀ ਜਾਂਦੇ ਨੇ ਮੁੰਡੇ ਹਨਾ ਖੇਡਣ ਨੂੰ ਤਾਂ ਜੀ ਖੇਡਣ 'ਚ ਕਿਹੜਾ ਆਪਾਂ ਨੇ ਕਿਹੜਾ ਕੋਈ ਉਹ ਕਰਨਾ ਭੱਜਣਾ ਉੱਧਰ ਵੀ ਆ ਭੱਜਣਾ ਇੱਧਰ ਇੱਧਰ ਵੀ ਆ ਠੀਕ ਆ ਬਾਈ ਇਹੀ ਪਸ਼ੂ ਜੀ ਲਵਾਈ ਰੱਖਦੇ ਆ ਜੀ ਲਵਾਈ ਅੱਜ ਕੁੱਤੇ ਆਏ ਨਹੀਂ ਜੀ ਨਹੀਂ 2 ਜਾਨਵਰ ਰੱਖੇ ਹੋਏ ਆ ਕੁੱਤੇ ਵੀ ਰੱਖੇ ਹੋਏ ਨਾਲ ਹਾਂ ਜੀ ਠੀਕ ਆ ਬਈ ਦੇਖ ਸਕਦੇ ਹੋ ਨਾ ਤਾਂ ਗੱਲ ਚੰਗੀ ਆ ਬਾਈ ਜੀ ਆਪਾਂ ਨੂੰ ਕੋਈ ਐਂ ਤਾਂ ਨਹੀਂ ਕਹਿੰਦਾ ਵੀ ਯਾਰ ਕਿੱਥੇ ਪੈ ਗਿਆ ਵੀ ਸਾਡੇ ਭਰਾ ਕੰਮ ਕੀ ਰੱਖਿਆ ਨਾ ਜੀ ਕਹਿੰਦਾ ਤਾਂ ਨਹੀਂ ਕੋਈ ਜੇ ਕਹੂ ਬਾਈ ਫੇਰ ਕਿਵੇਂ ਕਹੋਗੇ ਅਗਲੇ ਨੂੰ ਕਹੂ ਆਈ ਆਪਾਂ ਕਹਿ ਦਾਂਗੇ ਆਪਦਾ ਕਮਾ ਕੇ ਖਾਂਦੇ ਹਾਂ ਕਿਹੜਾ ਕਿਸੇ ਤੋਂ ਮੰਗ ਕੇ ਖਾਂਦੇ ਹਾਂ ਜਾਂ ਆਪਦੀ ਉਹ ਹੈਗਾ ਜੀ ਰੁਜ਼ਗਾਰ ਹੈ ਜੀ ਸਾਰੀ ਉਮਰ ਦੀ ਰੋਟੀ ਆ ਸਾਰੀ ਉਮਰ ਦੀ ਰੋਟੀ ਹਾਂ ਜੀ ਸਹੀ ਗੱਲ ਆ ਬਾਈ ਦੇਖ ਸਕਦੇ ਲੈ ਵੀ ਦੇਖ ਸਕਦੇ ਬਾਈ ਕੋਲ 8-9 ਬੱਕਰੀਆਂ ਇਹਦੇ ਕੋਲ ਬਾਈ ਨੇ ਅਤੇ ਆਹ ਬਾਈ ਇਹਦੇ ਕੋਲ ਅੱਡ ਨੇ ਬੱਕਰੀਆਂ ਹਾਂ ਇਹਦੇ ਕੋਲ ਵੀ ਇਹਦੇ ਨਾਲ ਵੀ ਗੱਲਬਾਤ ਕਰਾਂ ਸਾਰਿਆਂ ਨਾਲ ਗੱਲਬਾਤ ਕਰਕੇ ਜਾਵਾਂਗੇ ਬਾਈ
ਕੀ ਹਾਲ ਨੇ ਬਾਈ ਮਿੱਤਰਾ? ਵਧੀਆ ਬਾਈ। ਇੱਧਰ ਆ ਜਾ। ਕੀ ਨਾਮ ਆ ਤੇਰਾ? ਗੁਰਸੇਵਕ ਸਿੰਘ ਆ ਜੀ। ਗੁਰਸੇਵਕ ਸਿੰਘ, ਠੀਕ ਆ। ਤੇਰੇ ਕੋਲ ਕਿੰਨੀਆਂ ਬੱਕਰੀਆਂ ਨੇ? ਪੰਜ ਨਾਗ ਨੇ। ਪੰਜ ਨਾਗ ਨੇ? ਹਾਂ। ਠੀਕ ਆ। ਤੈਨੂੰ ਕਿੰਨਾ ਟਾਈਮ ਹੋ ਗਿਆ ਇੱਧਰ ਆਏ ਨੂੰ? ਮੈਂ ਤਾਂ ਜੀ 2 ਮਹੀਨੇ ਹੋਏ ਨੇ। ਤਿੰਨ ਕੇ ਜੀ? ਹਜੇ 2 ਮਹੀਨੇ ਹੋਏ ਨੇ। ਹਾਂ। ਠੀਕ ਆ। ਨਵਾਂ ਨਵਾਂ ਮੈਂ ਮਸ਼ੀਨਾਂ ਦਾ ਕੰਮ ਕਰਦੇ ਸੀ। ਕਿਹੜੀਆਂ ਮਸ਼ੀਨਾਂ ਦਾ? ਵੱਡੀਆਂ ਦਾ ਜੀ, ਕੰਬਾਈਨਾਂ ਦਾ। ਠੀਕ ਆ। ਕਿੱਥੇ ਜਾਇਆ ਕਰਦਾ ਸੀਗਾ? ਆ ਮਹਾਰਾਸ਼ਟਰ, ਹਰਿਆਣਾ ਜੀ। ਠੀਕ ਆ। ਇੱਧਰ ਹਿਮਾਚਲ। ਹੁਣ ਫਿਰ ਇੱਧਰ ਆ ਗਿਆ? ਹਾਂ। ਹੁਣ ਤਾਂ ਨਹੀਂ ਫਿਰ ਜਾਣਾ ਹੈਗਾ? ਨਾ ਜੀ, ਹੁਣ ਬੱਕਰੀ ਰੱਖਿਆ। ਬੱਕਰੀ? ਠੀਕ ਆ। ਕੱਢ ਬੱਕਰੀ ਤੇਰੀ ਕਿਹੜੀ ਹੈ? ਤੂੰ 1-2 ਬੱਕਰੀ ਦਿਖਾ ਤੇਰੀ ਵਾਲੀਆਂ। ਇਹ ਵੀ ਇਹ ਬਾਈ ਦੀਆਂ ਬੱਕਰੀਆਂ ਵੀ ਦਿਖਾ ਦੀਆਂ ਤੁਹਾਨੂੰ। ਫਿਰ ਬਾਈ ਕਹੂਗਾ ਵੀ ਮੇਰੀਆਂ ਬੱਕਰੀਆਂ ਨਹੀਂ ਦਿਖਾਈਆਂ ਹੈਗੀਆਂ ਨਾ। ਪਿੰਡ ਤੇਰਾ ਕਿਹੜਾ ਬਾਈ? ਖੀਵਾ ਹੀ ਹੈ। ਇਹਦਾ ਵੀ ਖੀਰ ਬਾਈ? ਮੈਂ ਇੱਕੋ ਪਿੰਡ ਤੋਂ ਸਾਰੇ ਬਾਈ ਤੁਸੀਂ? ਹਾਂ ਜੀ। ਲੈ ਬਾਈ ਕਹਿੰਦਾ ਇੱਕੋ ਹੀ ਪਿੰਡ ਤੋਂ ਬਾਈ, ਦੇਖ ਸਕ। ਠੀਕ ਆ, ਇਕੱਠੇ ਰਹਿਣੇ ਮੈਂ। ਬਾਈ ਕਹਿੰਦਾ ਰੋਟੀ ਇੰਨੀ ਚੰਗੀ ਲੱਗਦੀ ਹੈਗੀ, ਲੈ ਵੀ ਦੇਖ ਸਕਦੇ ਬਈ। ਇਹੀ ਜਿਹੇ ਬੱਕਰੀ ਨੇ ਬਾਈ ਕੋਲੇ। ਵੇਚਣੇ ਕੋਈ ਨੀ ਹੈਗੀਆਂ ਨਾ ਹਜੇ? ਅਜੇ ਤਾਂ ਮਾਲ ਬਣਾਉਣਾ ਜੀ। ਅਜੇ ਤਾਂ ਮਾਲ ਬਣਾਉਣਾ ਹੈ। ਕਿੰਨੀਆਂ ਇਕੱਠੀਆਂ? ਕਿੰਨੀਆਂ ਇਕੱਠੀਆਂ ਕਰ ਲਈਆਂ ਬੱਕਰੀਆਂ? ਹੁਣ ਕਰ ਲਾਂਗੇ ਜੀ 5 ਕੁ ਬਣਾ ਕੇ, ਫਿਰ ਭੇਡਾਂ ਪਾਵਾਂਗੇ। ਫਿਰ ਭੇਡਾਂ ਪਾਉਂਗੇ? ਲੈ ਬਾਬਾ ਕਹਿੰਦਾ ਫਿਰ ਤਾਂ ਭੇਡਾਂ ਪਾਵਾਂਗੇ। ਸਹੀ ਗੱਲ ਆ ਬਈ, ਇਕੱਠੇ ਰਿਹਾ ਕਰੋ ਹਨਾ, ਕਿਉਂਕਿ ਅੱਜ ਕੱਲ੍ਹ ਨਾ ਜ਼ਿਆਦਾ ਲੁੱਟ ਖੋ ਜ਼ਿਆਦਾ ਹੋ ਰਹੀ ਹੈਗੀ, ਤਾਂ ਕਰਕੇ ਬਈ ਜੇ ਆਪਾਂ ਝੁੰਡ ਚਰੀਏ ਤਾਂ ਚੰਗਾ ਹਨਾ ਬਾਈ? ਹਾਂ ਬਾਈ, ਬਹੁਤ ਚੰਗਾ। ਝੁੰਡ ਤੇ ਰਹਾਂਗੇ, 4-5 ਜਣੇ ਇਕੱਠੇ ਹੋ ਕੇ ਰਹੋ ਤਾਂ ਜਾਣੀ ਕਿ ਰੂਹਾਂ ਇਕੱਠੀਆਂ ਕਿੱਥੇ ਹੁੰਦੀਆਂ ਨੇ ਬਾਈ ਯਾਰ? ਹਾਂਜੀ, ਰੂਹਾਂ ਇਕੱਠੀਆਂ ਹੋਈਆਂ ਨੇ ਕਿਤੇ? ਹਾਂ, ਮੇਰੇ ਜੀ ਲੱਗ ਰਹਿੰਦਾ ਬਸ ਟਾਈਮ ਪਾਸ ਆ ਬਈ। ਸਹੀ ਗੱਲ ਆ, ਵਧੀਆ ਬਾਈ ਯਾਰ। ਕੱਲੇ ਦਾ ਔਖਾ ਵੀ ਹੈ ਨਾ, ਇੱਧਰ ਲੰਘੇ ਇੱਧਰ ਲੰਘੇ ਕਿੱਧਰ ਮੁੜੇਗਾ ਬਾਈ? ਨਹੀਂ ਮੁੜਦਾ ਕੱਲੇ ਦਾ ਬਾਈ, ਬੰਦਾ ਹਾਲਾਤ ਵਾਲੇ ਮਾੜੇ ਨੇ। ਹਾਲਾਤ ਵਾਲੇ ਮਾੜੇ ਨੇ, 5 ਆ ਅਗੜੂ ਲੈ ਲੱਗ ਗਈ ਲਵੇ ਲੱਗਦਾ ਹੈ ਨਾ। ਹਾਂ, ਸਹੀ ਗੱਲ ਆ ਜੀ। ਚਲੋ ਠੀਕ ਆ ਬਾਈ, ਥੈਂਕ ਯੂ ਬਾਈ, ਧੰਨਵਾਦ ਕਰਦੇ ਆ ਬਾਈ। ਬਾਈ ਜੀ, ਥੈਂਕ ਯੂ ਬਾਈ, ਥੈਂਕ ਯੂ ਬਾਈ, ਧੰਨਵਾਦ ਧੰਨਵਾਦ ਬਾਈ। ਲਓ ਜੀ ਬਾਈ, ਵੀਰਾਂ ਨਾਲ ਗੱਲਬਾਤ ਕੀਤੀ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਜ਼ਰੂਰ ਕਰ ਦਿਓ ਨਾ, ਤੇ ਆਹ ਬਾਈ ਬਾਤ ਤੇ ਸ਼ੇਅਰ ਜ਼ਰੂਰ ਕਰ ਦਿਓ। ਕਹਦੇ ਬਾਈ, ਕਹ ਕਰ ਦਿਓ ਸ਼ੇਅਰ। ਕਦੇ ਸ਼ੇਅਰ ਕਰ ਦਿਓ, ਦੱਬ ਕੇ ਬੋਲ ਸ਼ੇਅਰ ਕਰ ਦਿਓ ਜੀ। ਲੈ ਬਈ ਵੀਡੀਓ ਕਰ ਦਿਓ ਸ਼ੇਅਰ, ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਵੀ ਤੁਹਾਨੂੰ ਵੀਡੀਓ ਕਿਵੇਂ ਲੱਗੀ। ਇਦਾਂ ਦੇ ਵੀਡੀਓ ਤੁਹਾਨੂੰ ਚੰਗੇ ਚੰਗੇ ਵੀਡੀਓ ਆਉਂਦੀਆਂ ਰਹਿਣਗੀਆਂ ਆਪਣੇ ਚੈਨਲ ਦੇ ਉੱਤੇ। ਧੰਨਵਾਦ ਜੀ।